Thank you, Jesus. So आज असीं पवित्र बाइबल दे विच्चों परमेश्वर जी दे वचन दे विच्चों परमेश्वर दी बाणी दे विच्चों असीं जो सीखना है वह है कि असीं अपना बेहतरीन प्रदर्शन परमेश्वर दी हजूरी दे विच करना है। हालेलुया। जो बेस्ट तो बेस्ट असीं कर सकदे, जो चंगे तो चंगा असीं परमेश्वर दी हजूरी विच पेश कर सकदे हां, वो असीं करना है। अरे याद रखियो, परमेश्वर दी हजूरी सिर्फ संडे नूं नहीं हुंदी, हर दिन हर पल परमेश्वर दी अख तुहाडे उत्ते लगी हुई है। इसलिए साडा प्रदर्शन हर पल हर दिन बेहतर होना चाहिए, वधिया होना चाहिए। अगर सानू खलोत्या नू परमेश्वर जी देखण तां असीं खलोते होए भी उन्हां नू पसंद आने चाहिए, अगर बैठे नू देखण तां असीं बैठे होए भी पसंद आने चाहिए, साडा बैठना भी चंगा होना चाहिए, चंगी जगह ते बैठे हुए चाहिए। अगर सानू लेटिया होया देखण रात दे समें विच देखण तां साडा रात दा लेटना भी परमेश्वर दी नज़र दे विच चंगा लगे, असीं सही स्थान ते लेटे होए चाहिए। ਸਾਡੇ ਕੰਮਾਂ ਵੱਲ ਪਰਮੇਸ਼ਵਰ ਗੌਰ ਕਰਨ ਤਾਂ ਸਾਡੇ ਕੰਮ ਪਰਮੇਸ਼ਵਰ ਨੂੰ ਪਸੰਦ ਆਉਣ, ਸਾਡੀਆਂ ਗੱਲਾਂ ਤੇ ਪਰਮੇਸ਼ਵਰ ਜੀ ਕੰਨ ਲਾਉਣ ਤਾਂ ਸਾਡੀਆਂ ਗੱਲਾਂ ਪਰਮੇਸ਼ਵਰ ਨੂੰ ਪਸੰਦ ਆਉਣ, ਸਾਡੀਆਂ ਵਿਚਾਰਾਂ ਤੇ ਧਿਆਨ ਦਿੱਤਾ ਜਾਵੇ ਤਾਂ ਸਾਡੇ ਵਿਚਾਰ ਵੀ ਪਰਮੇਸ਼ਵਰ ਨੂੰ ਪਸੰਦ ਆਉਣ ਵਾਲੇ ਹੋਣੇ ਚਾਹੀਦੇ ਆ। ਅਸੀਂ ਸਭਨੀ ਗੱਲੀ ਪਰਮੇਸ਼ਵਰ ਨੂੰ ਚੰਗੇ ਲੱਗਣ ਵਾਲੇ ਬਣਨਾ ਹੈ। ਅਰ ਐਵਰੀ ਡੇ ਅਸੀਂ ਪਹਿਲਾਂ ਨਾਲੋਂ ਜ਼ਿਆਦਾ ਵਧੀਆ ਨਜ਼ਰ ਆਉਣੇ ਚਾਹੀਦੇ ਆ। ਹਾਲੇਲੂਇਆ। ਅਸੀਂ ਨਿਖਰਦੇ ਜਾਣਾ ਆ ਹਰ ਰੋਜ਼ ਚੰਗਿਆਈ ਦੇ ਵਿੱਚ, ਭਲਿਆਈ ਦੇ ਵਿੱਚ। ਬੈਠੇ ਹੋਏ ਪਸੰਦ ਆਉਣ ਤੋਂ ਭਾਵ ਖਲੋਤੇ ਹੋਏ ਪਸੰਦ ਆਉਣ ਤੋਂ ਭਾਵ ਕਈ ਵਾਰੀ ਸਾਡਾ ਬੈਠਣਾ ਗਲਤ ਲੋਕਾਂ ਦੇ ਨਾਲ ਹੁੰਦਾ ਹੈ। ਜਦੋਂ ਅਸੀਂ ਚੰਗੀ ਸੰਗਤ ਦੇ ਵਿੱਚ ਨਹੀਂ ਬੈਠਦੇ ਤਾਂ ਉੱਥੇ ਬੈਠੇ ਹੋਏ ਅਸੀਂ ਪਰਮੇਸ਼ਵਰ ਨੂੰ ਪਸੰਦ ਵੀ ਨਹੀਂ ਆਉਂਦੇ। ਬਹੁਤ ਵਾਰੀ ਸਾਡਾ ਖਲੋਣਾ ਪਰਮੇਸ਼ਵਰ ਨੂੰ ਪਸੰਦ ਨਹੀਂ ਆ, ਕਿਉਂਕਿ ਅਸੀਂ ਜਿਹੜਾ ਵੇਲਾ ਕੰਮ ਕਰਨ ਦਾ ਹੁੰਦਾ ਉਸ ਵੇਲੇ ਅਸੀਂ ਖਲੋ ਜਾਂਦੇ ਹਾਂ, ਜਿਹੜਾ ਖਲੋਣ ਦਾ ਹੁੰਦਾ ਉਸ ਵੇਲੇ ਅਸੀਂ ਉੱਥੇ ਖਲੋਂਦੇ ਨਹੀਂ ਜਿੱਥੇ ਸਾਨੂੰ ਖਲੋਣਾ ਚਾਹੀਦਾ ਹੈ। ਅਗਰ ਅਸੀਂ ਖਲੋਨੇ ਹਾਂ ਤਾਂ ਗਲਤ ਮੰਡਲੀ ਦੇ ਵਿੱਚ ਖਲੋਨੇ ਹਾਂ, ਗਲਤ ਸਥਾਨ ਦੇ ਉੱਤੇ ਚੌਂਕਾਂ ਤੇ ਚੁਰਾਹਿਆਂ ਤੇ ਖਲੋਨੇ ਹਾਂ, ਲੋਕਾਂ ਦੀਆਂ ਚੁਗਲੀਆਂ ਕਰਨ ਲਈ, ਚੁਗਲੀਆਂ ਸੁਣਨ ਲਈ, ਕਿਸੇ ਦਾ ਮਜ਼ਾਕ ਉਡਾਉਣ ਦੇ ਲਈ, ਲੜਾਈਆਂ ਕਰਨ ਦੇ ਲਈ, ਝਗੜੇ ਕਰਨ ਦੇ ਲਈ। ਤਾਂ ਇਹੋ ਜਿਹਾ ਖਲੋਣਾ ਪਰਮੇਸ਼ਵਰ ਦੀ ਨਜ਼ਰ ਦੇ ਵਿੱਚ ਚੰਗਾ ਨਹੀਂ ਹੈ। ਲੇਟੇ ਹੋਏ ਪਸੰਦ ਆਉਣ ਤੋਂ ਭਾਵ ਆ ਅਗਰ ਤੁਸੀਂ ਗਲਤ ਸਥਾਨ ਤੇ ਲੇਟੇ ਹੋਏ ਹੋ, ਤੁਸੀਂ ਆਪਣੇ ਪਰਿਵਾਰ ਨੂੰ ਛੱਡ ਕੇ ਵਿਚਾਰ ਦੇ ਵਿੱਚ ਲੇਟੇ ਹੋਏ ਹੋ, ਤਾਂ ਤੁਹਾਡਾ ਲੇਟਣਾ ਵੀ ਪਰਮੇਸ਼ਵਰ ਨੂੰ ਪਸੰਦ ਨਹੀਂ ਹੈ। ਤੁਸੀਂ ਇਹ ਨਾ ਸੋਚੋ ਕਿ ਦਿਨੇ ਪਰਮੇਸ਼ਵਰ ਜਾਗਦਾ ਹੈ ਤੇ ਉਹ ਦਿਨੇ ਸਿਰਫ ਤੁਹਾਨੂੰ ਨੋਟ ਕਰ ਰਿਹਾ ਹੈ, ਪਰ ਉਹ ਹਰ ਵੇਲੇ ਦਾ ਹਿਸਾਬ ਜਿਹੜਾ ਹੈ ਨਾ ਤੁਸੀਂ ਟਰੈਕ ਕੀਤੇ ਜਾ ਰਹੇ ਹੋ। ਤੁਹਾਡੇ ਅੰਦਰ ਜਿਹੜਾ ਪ੍ਰਭੂ ਦਾ ਲਹੂ ਆ ਨਾ, ਉਹਦੇ ਅੰਦਰ ਟਰੈਕਿੰਗ ਚਿਪਸ ਲੱਗੀਆਂ ਹੋਈਆਂ ਆ। ਸਾਇੰਸ ਤਾਂ ਜੇ ਬਣਾ ਰਹੀ ਹੈ ਨਾ ਉਹਨਾਂ ਨੇ ਕਿੱਦਾਂ ਟਰੈਕ ਕਰਨਾ, ਪਰ ਪਰਮੇਸ਼ਵਰ ਨੇ ਬਣਾ ਰੱਖਿਆ, ਸਗੋਂ ਉਹਨੇ ਫਿੱਟ ਕੀਤਾ ਹੋਇਆ ਸਾਡੇ ਅੰਦਰ ਉਹ ਚੀਜ਼ਾਂ ਨੂੰ। ਇਸ ਲਈ ਵਚਨ ਸਾਨੂੰ ਕਹਿੰਦਾ ਕਿ ਸਾਵਧਾਨ ਰਹੋ, ਜਾਗਦੇ ਰਹੋ, ਚੇਤੇ ਰੱਖੋ ਇਹਨਾਂ ਚੀਜ਼ਾਂ ਨੂੰ ਕਿ ਹਰ ਵੇਲੇ ਅਸੀਂ ਇੱਕ ਕੈਮਰਾ ਦੀ ਸੁਪਰਵਿਜ਼ਨ ਦੇ ਅੰਦਰ ਹਾਂ। ਇੱਕ ਅਦ੍ਰਿਸ਼ ਕੈਮਰਾ ਜਿਹੜਾ ਦਿਖਦਾ ਨਹੀਂ ਆ, ਪਰ ਉਹ ਸਾਡੀ ਵੀਡੀਓ ਰਿਕਾਰਡ ਕਰ ਰਿਹਾ ਹੈ। ਅਰੇ ਦੇ ਨਿਆਂ ਦੇ ਦਿਨ ਉਹ ਸਭਨਾਂ ਦੇ ਅੱਗੇ ਪੇਸ਼ ਕੀਤਾ ਜਾਣਾ ਹੈ, ਤੇ ਤੁਸੀਂ ਸੋਚੋ ਉਸ ਨਿਆਂ ਦੇ ਦਿਨ ਵਿੱਚ ਅਗਰ ਤੁਸੀਂ ਆਪਣੇ ਪਰਿਵਾਰ ਨੂੰ ਛੱਡ ਕੇ ਕਿਸੇ ਹੋਰ ਥਾਂ ਤੇ ਲੇਟੇ ਹੋਏ ਸੀ, ਤੁਹਾਡੀ ਉਹ ਵੀਡੀਓ ਸਭ ਦੇ ਵਿੱਚ ਪਲੇ ਕੀਤੀ ਜਾਏਗੀ ਤਾਂ ਕਿੰਨੀ ਵੱਡੀ ਸ਼ਰਮਿੰਦਗੀ ਹੋਊਗੀ। ਅਗਰ ਚੋਰੀ ਕਰਦਿਆਂ ਦੀ ਵੀਡੀਓ ਪਲੇ ਕੀਤੀ ਜਾਊਗੀ ਤਾਂ ਕਿੰਨੀ ਵੱਡੀ ਸ਼ਰਮਿੰਦਗੀ ਹੋਊਗੀ। ਕਿਸੇ ਨੂੰ ਧੋਖਾ ਦੇਣ ਦੀ, ਤੁਸੀਂ ਕਿਸੇ ਨੂੰ ਨਾਲ ਧੋਖਾ ਕੀਤਾ ਆ, ਉਹ ਧੋਖਾ ਦੇਣ ਦੀ ਵੀਡੀਓ ਪਲੇ ਕੀਤੀ ਜਾਊਗੀ ਤੇ ਕਿੰਨੀ ਵੱਡੀ ਸ਼ਰਮਿੰਦਗੀ ਹੋਊਗੀ। ਹੱਥੀ ਧੋਖਾ ਨਹੀਂ ਦਿੱਤਾ, ਆਪ ਧੋਖਾ ਨਹੀਂ ਦਿੱਤਾ, ਪਰ ਕਿਸੇ ਨੂੰ ਤੁਸੀਂ ਧੋਖਾ ਦੇਣ ਦੇ ਲਈ ਤਿਆਰ ਕਰ ਰਹੇ ਹਾਂ, ਜਿਹੜਾ ਤੁਹਾਨੂੰ
बहुत ही प्यारा मित्र समझदा उहदी पिठ पिछे तुसीं गलत प्लानिंग्स बना रहे हैं। वो वीडियो जदों प्ले कीती जाऊगी कि तुसीं मूंह ते होर आ ते पिठ पिछे होर आ, वो किन्नी वड्डी शर्मिंदगी होगी। इसलिए जद भी कुछ करो चेते रख के करो कि मेरी वीडियो एक दिन प्ले कीती जानी है कुल जहान दे सामने न्याय दे दिन, ते मेरे कम्मां दे हिसाब दे नाल मैनूं वट्टा मिलना है। और कोशिश करो कि साडा चंगियाई वाला पलड़ा भारी होवे, क्योंकि उत्थे लख मिहनतां करन दे बावजूद भी किसी ने एक भी चंगियाई आपां नूं उधार नहीं देनी, भावें सकी मां क्यों ना होवे।